ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 26 ਅਗਸਤ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੋਆਇਸ਼ਨ ਹਰੇ ਕੋਆਇਸ਼ਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਸ ਰਾਜ ਵਿੱਚ ਹੋਮੀ ਭੱਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਹੈ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਰਾਜ ਦੇ ਵਿੱਚ ਮੋਹਾਲੀ ਜ਼ਿਲ੍ਹੇ ਦੇ ਮੁੱਲਾਪੁਰ ਦੇ ਵਿੱਚ ਹੋਮੀ ਭਾਬਾ ਕੈਂਸਰ ਹਸਪੀਟਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਂਸਰ ਪੰਜਾਬ ਹੁਣ ਉਦਘਾਟਨ ਪੰਜਾਬ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਕੀ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਭਗਵੰਤ ਸਿੰਘ ਮਾਨ ਤੇ ਇੱਥੋਂ ਦੇ ਗਵਰਨਰ ਆ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਦੇ ਸਿੱਖਿਆ ਬੋਰਡ ਨੇ ਸਿੱਖ ਇਤਿਹਾਸ ਦੀਆਂ ਤਿੰਨ ਕਿਤਾਬਾਂ ਤੇ પ્રતિਬੰਧ ਲਗਾਇਆ ਇਨ੍ਹਾਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਰਚਿਆ ਗਿਆ ਸੀ ਠੀਕ ਹੈ ਤੇ ਇਹ ਬੁੱਕਸ ਦੇ ਨਾਮ ਤੁਸੀਂ ਯਾਦ ਰੱਖਣਾ ਮਾਡਰਨ ਏ ਬੀ ਸੀ ਹਿਸਟਰੀ ਆਫ ਪੰਜਾਬ ਮਨਜੀਤ ਸਿੰਘ ਸੋਢੀ ਦੀ ਲਿਖੀ ਹੋਈ ਬੁੱਕ ਆ ਇਹ ਹਿਸਟਰੀ ਆਫ ਪੰਜਾਬ ਪਲੱਸ 2 ਦੀ ਬੁੱਕ ਆ ਐਮ ਐਸ ਮਾਨ ਦੀ ਤੇ ਹਿਸਟਰੀ ਆਫ ਪੰਜਾਬ ਮਹਿੰਦਰਪਾਲ ਕੌਰ ਦੀ ਬੁੱਕ ਆ ਇਹ ਠੀਕ ਹੈ ਇਹਨਾਂ ਤਿੰਨਾਂ ਬੁੱਕਸ ਦੇ ਵਿੱਚ ਸਿੱਖ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਲਿਖਿਆ ਗਿਆ ਸੀ ਇਸ ਕਰਕੇ ਪੰਜਾਬ ਦੇ ਸਿੱਖਿਆ ਬੋਰਡ ਨੇ ਇਨਾਂ ਉੱਪਰ પ્રતિਬੰਧ ਲਗਾ ਦਿੱਤਾ ਇੰਡੀਆ ਨੇਅਰ ਫੋਰਸ ਨੇ ਪਹਿਲੀ S400 ਮਿਜ਼ਾਈਲ ਪ੍ਰਣਾਲੀ ਦਾ ਪਹਿਲਾ ਸਕੁਆਡਨ ਪੰਜਾਬ ਦੇ ਵਿੱਚ ਤਾਇਨਾਤ ਕੀਤਾ ਰਾਜ ਸਰਕਾਰ ਨੇ ਜਗਨਨਾਥ ਰੱਥ ਯਾਤਰਾ ਨੂੰ ਰਾਜ ਉਤਸਵ ਦਾ ਟੈਗ ਦਿੱਤਾ ਤੇ ਭਾਰਤ ਦੇ ਕਿਹੜੇ ਰਾਜ ਵਿੱਚ ਔਨ ਦੇ ਕੱਪੜੇ ਸਭ ਤੋਂ ਵੱਧ ਔਨ ਦੇ ਕੱਪੜੇ ਦੇ ਸਭ ਤੋਂ ਵੱਧ کارਖਾਨੇ ਆ ਪੰਜਾਬ ਦੇ ਵਿੱਚ ਤੇ ਸਭ ਤੋਂ ਵੱਧ ਦੁੱਧ ਉਤਪਾਦਨ ਕਰਨ ਵਾਲਾ ਰਾਜ ਕਿਹੜਾ ਵਾ ਪੰਜਾਬ ਭਾਰਤ ਦੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਰਾਜਸਥਾਨ ਦੀ ਸੀਮਾ ਪੰਜਾਬ ਰਾਜ ਦੇ ਨਾਲ ਲੱਗਦੀ ਆ ਠੀਕ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਨਾਲ ਕਿੰਨੇ ਦੇਸ਼ਾਂ ਦੀ ਹੱਦ ਲੱਗਦੀ ਆ ਸਿਰਫ ਤੇ ਸਿਰਫ ਇੱਕ ਦੀ ਲੱਗਦੀ ਆ ਉਸ ਦਾ ਨਾਮ ਕੀ ਆ ਪਾਕਿਸਤਾਨ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ ਪੰਜਾਬ ਦੇ ਵਿੱਚ ਰੋਪੜ ਝੀਲ ਆ ਸਪੋਰਟਸ ਯੂਨੀਵਰਸਿਟੀ ਬਣ ਰਹੀ ਆ ਪੰਜਾਬ ਦੇ ਪਟਿਆਲਾ ਦੇ ਵਿੱਚ ਇਹ ਦਾਖਲਾ ਪੋਰਟ ਸ਼ਿਕਾਇਤ ਦਰਜ ਕਰਨ ਦੇ ਲਈ ਪੰਜਾਬ ਦੇ ਵਿੱਚ ਲਾਂਚ ਕੀਤਾ ਗਿਆ ਮਲੇਰਕੋਟਲਾ ਤੇਈਮਾ ਜ਼ਿਲ੍ਹਾ ਬਣਿਆ ਪੰਜਾਬ ਦਾ 14 ਮਈ 2021 ਨੂੰ ਇਹ ਦਿਵਾਲੀ ਦਿਨ ਸੰਗਰੂਰ ਜ਼ਿਲ੍ਹੇ ਤੋਂ ਵੱਖ ਹੋ ਕੇ ਨਵਾਂ ਜ਼ਿਲ੍ਹਾ ਬਣਿਆ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੁਣ ਐਟ ਪ੍ਰੈਜ਼ੈਂਟ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਨੈਕਸਟ ਕੁਐਸਚਨ हाल ही ਵਿੱਚ ਭਾਰਤ ਦਾ ਪਹਿਲਾ ਨਾਈਟ ਸਫਾਰੀ ਅਤੇ ਜੈਵ ਵਿਭਿੰਨਤਾ ਪਾਰਕ ਕਿੱਥੇ ਬਣਾਇਆ ਜਾਵੇਗਾ ਹਾਂਜੀ ਭਾਰਤ ਦਾ ਪਹਿਲਾ ਨਾਈਟ ਸਫਾਰੀ ਅਤੇ ਜੈਵ ਵਿਭਿੰਨਤਾ ਪਾਰਕ ਲਖਨਊ ਦੇ ਵਿੱਚ ਬਣਾਇਆ ਜਾਵੇਗਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ ਤੇ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਗੌਮਤੀ ਨਦੀ ਦੇ ਕਿਨਾਰੇ ਸਥਿਤ ਆ ਠੀਕ ਹੈ ਤੇ ਭਾਰਤ ਦੇ ਵਿੱਚ ਇਹ ਪਹਿਲੀ ਵਾਰ ਆ ਕਿ ਨਾਈਟ ਸਫਾਰੀ ਅਤੇ ਜੈਵਿਕ ਵਿਭਿੰਨਤਾ ਪਾਰਕ ਬਣੇਗਾ ਪਹਿਲਾ ਪਾਰਕ ਬਣੇਗਾ ਭਾਰਤ ਦਾ ਹੈ ਠੀਕ ਹੈ ਜੀ ਤੇ ਸਿੰਗਾਪੁਰ ਦੀ ਤਰਜ਼ ਦੇ ਨਾਲ ਭਾਰਤ ਦੇ ਵਿੱਚ ਪਹਿਲੀ ਵਾਰ ਬਣਨ ਜਾ ਰਿਹਾ ਹੈ ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਆ ਨੈਕਸਟ ਕੁਐਸ਼ਨ DRDO ਅਤੇ ਭਾਰਤੀ ਜਲ ਸੈਨਾ ਨੇ ਹਾਲ ਹੀ ਵਿੱਚ VLSRSAM ਮਿਜ਼ਾਈਲ ਪ੍ਰਣਾਲੀ ਦਾ ਸਫਲ ਪ੍ਰੀਖਣ ਕਿੱਥੇ ਕੀਤਾ ਹੈ ਹਾਂਜੀ DRDO ਨੇ ਭਾਰਤੀ ਜਲ ਸੈਨਾ ਨੇ ਰੀਸੈਂਟਲੀ VLSRSAM ਮਿਜ਼ਾਈਲ ਪ੍ਰਣਾਲੀ ਦਾ ਸਫਲ ਪ੍ਰੀਖਣ ਉੜੀਸਾ ਦੇ ਚਾਂਦੀਪੁਰ ਦੇ ਵਿੱਚ ਕੀਤਾ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੋਣੇ ਪ੍ਰੀਖਣ ਉੜੀਸਾ ਦੇ ਚਾਂਦੀਪੁਰ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ हां जी ओडिसा देख ਸਕਦੇ ਹੋ ਤੁਸੀਂ ओडिसा ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਤਿੰਨ ਸੈਕਿੰਡ ਦਿੰਨੀ ਆ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਕਿਉਂਕਿ ਅਸੀਂ ਲਗਾਤਾਰ ਤਿੰਨ ਵਾਰ ਕਰ ਚੁੱਕੇ ਹਾਂ ओडिसा ਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸ਼ਨ ਠੀਕ ਹੈ ਇਸ ਤਰ੍ਹਾਂ ਕੇ ਤੁਸੀਂ ਕੈਪੀਟਲ ਵੀ ਲਿਖਣਾ ਪੂਰੀ ਡਿਟੇਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਰਵਾਉਣੀ ਆ ਠੀਕ ਹੈ ਉਸੇ ਤਰ੍ਹਾਂ ਤੁਸੀਂ ਪ੍ਰਾਈਮ ਮਿਨਿਸਟਰ ਸੌਰੀ ਚੀਫ ਮਿਨਿਸਟਰ ਬਾਰੇ ਵੀ ਲਿਖਣਾ ਕਿ ਕੌਣ ਨੇ ਤੇ ਗਵਰਨਰ ਵੀ ਲਿਖਣਾ ओडिसा ਦੇ ਵਿੱਚ ਦੇਖੋ ਉੜੀਸਾ ਦੀ ਕੈਪੀਟਲ ਆ ਭੁਵਨੇਸ਼ਵਰ ਇਥੋਂ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਇਥੋਂ ਦੇ ਗਵਰਨਰ ਆ ਗਣੇਸ਼ੀਲਾ ਹਰ ਸਾਲ ਉੜੀਸਾ ਦਿਵਸ 1 ਸਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਦੇ ਵਿੱਚ ਸੂਨਾਬੇਦਾ ਵਾਈਲਡਲਾਈਫ ਸੈਂਚਰੀ ਆ ਕੋਠਾਗਨ ਵਾਈਲਡਲਾਈਫ ਸੈਂਚਰੀ ਆ ਵੈਸੀ ਪਲੇ ਵਾਈਲਡਲਾਈਫ ਸੈਂਚਰੀ ਆ ਦੇਵਰੀਗਨ ਵਾਈਲਡਲਾਈਫ ਸੈਂਚਰੀ ਆ ਗਹਿਰਮਠ ਵਾਈਲਡਲਾਈਫ ਸੈਂਚਰੀ ਆ ਉੜੀਸਾ ਦੇ ਵਿੱਚ ਰੁਸ਼ੀਕੁਲੀਆ ਬੀਚਾ 골ਡਨ ਬੀਚਾ ਉੜੀਸਾ ਦੇ ਵਿੱਚ ਚਿਲਕਾ ਝੀਲ ਆ ਇਹ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਉਡੀਸਾ ਦੇ ਵਿੱਚ ਭੀਤਰਕਣਿਕਾ ਨੈਸ਼ਨਲ ਪਾਰਕ ਆ ਨੰਦਨ ਕੰਨਨ ਚਿੜੀਆ ਘਾਰ ਆ ਉੜੀਸਾ ਦੇ ਦੋ ਪਿੰਡਾਂ ਬੈਂਕਟਾ, ਰਾਯਪੁਰ ਅਤੇ ਨੋਲਿਆ ਸਾਹੀ ਇਹਨਾਂ ਦੋਨਾਂ ਨੂੰ ਯੂਨੈਸਕੋ ਨੇ ਸੁਨਾਮੀ ਰੈਡੀ ਡਿਕਲੈਰ ਕੀਤਾ। ਪਾਇਕਾ ਵਿਦਰੋਹ 1820 ਦੇ ਵਿੱਚ ਉੜੀਸਾ ਦੇ ਵਿੱਚ ਹੋਇਆ ਸੀ ਅਤੇ ਉੜੀਸਾ ਨੇ ਰੀਸੈਂਟਲੀ ਇਸ ਨੂੰ ਸੁਤੰਤਰਤਾ ਦਾ ਪਹਿਲਾ ਯੁੱਧ ਮੰਨਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਪਰ ਕੇਂਦਰ ਸਰਕਾਰ ਨੇ ਮਨਾਂ ਕਰ ਦਿੱਤਾ ਸੁਤੰਤਰਤਾ ਦਾ ਪਹਿਲਾ ਯੁੱਧ 1857 ਈਸਵੀ ਦੀ ਕ੍ਰਾਂਤੀ ਦੇ ਯਾਨੀ ਕਿ 1857 ਈਸਵੀ ਦੇ ਵਿਦਰੋਹ ਨੂੰ ਹੀ ਮੰਨਿਆ ਜਾਂਦਾ ਵਾ ਠੀਕ ਹੈ ਉੜੀਸਾ ਦੇ ਵਿੱਚ ਅਖਿਲ ਭਾਰਤੀ ਸਰਕਾਰੀ ਭਾਸ਼ਾ ਵਿਗਿਆਨਕ ਤਕਨੀਕੀ ਸੈਮੀਨਾਰ ਦਾ ਯੋਜਨ ਕੀਤਾ ਗਿਆ ਉੜੀਸਾ ਦੀ ਗਵਰਨਮੈਂਟ ਨੇ ਮਹंगाई 25 ਦੇ ਵਿੱਚ 3% ਦੀ ਵਾਦਾ ਕੀਤਾ ਉੜੀਸਾ ਸਰਕਾਰ ਬੀਚ ਸੁਰੱਖਿਆ ਲਈ ਨਾਇਓਟ ਨਾਲ ਸਮਝੌਤਾ ਕਰੇਗੀ ਉੜੀਸਾ ਦੇ ਮੁੱਖ ਮੰਤਰੀ ਨੇ ਲੌਕਡਾਊਨ ਬੋਲ ਨਾਮ ਦੀ ਕਿਤਾਬ ਜਾਰੀ ਕੀਤੀ ਰਾਸ਼ਟਰੀ ਐਮਐਸ ਐਮਈ ਅਵਾਰਡ 2022 ਵਿੱਚ ਪਹਿਲੇ ਇਨਾਮ ਨਾਲ ਉੜੀਸਾ ਨੂੰ ਸਨਮਾਨਿਤ ਕੀਤਾ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜੇਮਸ ਵੈਬ ਟੈਲੀਸਕੋਪ ਨੇ ਕਿਸ ਗ੍ਰਹਿ ਦੀਆਂ ਨਮੀਆਂ ਤਸਵੀਰਾਂ ਖਿੱਚੀਆਂ ਹਨ ਹਾਂਜੀ ਜੇਮਸ ਵੈਬ ਟੈਲੀਸਕੋਪ ਇਹ ਨਾਸਾ ਦਾ ਇੱਕ ਟੈਲੀਸਕੋਪ ਆ ਠੀਕ ਹੈ ਜਿਸ ਦਾ ਨਾਮ ਆ ਇਹ ਤੁਸੀਂ ਯਾਦ ਰੱਖਣਾ NASA ਦਾ ਇੱਕ ਟੈਲੀਸਕੋਪ ਆ ਜਿਸ ਦਾ ਨਾਮ ਆ ਜੇਮਸ ਵੈਬ ਟੈਲੀਸਕੋਪ ਤੇ ਇਸ ਨੇ ਰੀਸੈਂਟਲੀ ਯੂਪੀਟਰ ਗ੍ਰਹਿ ਦੀਆਂ ਨਵੀਆਂ ਤਸਵੀਰਾਂ ਖਿੱਚੀਆਂ ਨੇ ਜਾਨੀ ਕਿ ਬ੍ਰਹਸਪਤੀ ਦੀਆਂ ਆਪਸ਼ਨ ਨੰਬਰ B ਇਸ ਕੁਆਇਸ਼ ਹੰ ਦਾ ਰਾਈਟ ਆਨਸਰ ਹੈ ਠੀਕ ਹੈ ਹੁਣ ਮੈਂ ਗਲਤੀ ਕੀਤੀ ਆ NASA ਦੀ ਜਾਨੀ ਕਿ ਨੈਸ਼ਨਲ 에ਰੋਨੌਟਿਕਸ ਸਪੇਸ ਐਡਮਿਨਿਸਟ੍ਰੇਸ਼ਨ ਇਸ ਦੀ ਸਥਾਪਨਾ ਕਦੋਂ ਹੋਈ 1958 ਦੇ ਵਿੱਚ ਇਸ ਦਾ ਹੈੱਡ ਕੁਆਰਟਰ ਕਿੱਥੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਐਡਮਿਨਿਸਟ੍ਰੇਟਰ ਕੌਣ ਨੇ ਵਿਲ ਨੈਲਸਨ ਨੈਕਸਟ ਕੁਐਸ਼ਨ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਾਲ ਹੀ ਵਿੱਚ ਅਮਿਰਤਾ ਹਸਪਤਾਲ ਦਾ ਉਦਘਾਟਨ ਕਿੱਥੇ ਕੀਤਾ ਹੈ ਹਾਂਜੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਰੀਸੈਂਟਲੀ ਅਮਿਰਤਾ ਹਸਪਤਾਲ ਦਾ ਉਦਘਾਟਨ ਕੀਤਾ ਹੈ ਫਰੀਦাবাদ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਮਾਂ ਅਮਿਰਤਾ ਨੰਦ ਮਈ ਮਟਕਾ ਠੀਕ ਹੈ ਮਾਂ ਅਮਿਰਤਾ ਨੰਦ ਮਈ ਮਟਕਾ ਇਹ ਹਸਪਤਾਲ ਆ ਇਸੇ ਦੁਆਰਾ ਇਹ ਹਸਪਤਾਲ ਦਾ ਨਵਾਂ ਸੰਚਾਲਨ ਜਿਹੜਾ ਕੀਤਾ ਜਾਵੇਗਾ ਤੇ ਜਿਸ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਠੀਕੇ ਤੇ ਫਰੀਦাবাদ ਦੇ ਵਿੱਚ ਇਹ ਆ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਹਸਪੀਟਲ ਬਣ ਰਿਹਾ ਵਾ ਜਿਹੜਾ 123 ਏਕੜ ਦੇ ਵਿੱਚ ਬਣਿਆ ਤੇ ਇਸ ਦੇ ਵਿੱਚ 2600 ਬੈੱਡ ਆ ਇਸ ਨੂੰ ਬਣਾਉਣ ਦੀ ਲਾਗਤ ਕਿੰਨੀ ਲੱਗੀ ਆ 6 ਕਰੋੜ 6000 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਮਹੇ ਹਸਪੀਟਲ ਏਸ਼ੀਆ ਦਾ ਸਭ ਤੋਂ ਵੱਡਾ ਹਸਪੀਟਲ ਆ ਹੁਣ ਫਰੀਦাবাদ ਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਤੇ ਇਸ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੇ ਇਹ ਹਸਪੀਟਲ ਦਾ ਨਾਮ ਕੀ ਆ ਅਮ੍ਰਿਤਾ ਹਸਪੀਟਲ ਠੀਕ ਹੈ ਤੇ ਇਹਦਾ ਸੰਚਾਲਨ ਕੌਣ ਕਰੇਗਾ ਮਾ ਅਮ੍ਰਿਤਾ ਅਮ੍ਰਿਤਾ ਨੰਦ ਮਈ ਮਟਕਾ ਹਸਪੀਟਲ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਅਡਾਨੀ ਗਰੁੱਪ ਨੇ ਐਨ ਡੀ ਟੀਵੀ ਵਿੱਚ ਕਿੰਨੀ ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕੀਤੀ ਹਾਂਜੀ ਅਡਾਨੀ ਗਰੁੱਪ ਦਾ ਟਾਰਗੇਟ ਆ ਕਿ ਉਹ ਇਸ ਦੇ ਵਿੱਚ 55% ਹਿੱਸੇਦਾਰੀ ਕਰੇਗਾ ਠੀਕ ਹੈ ਪਰ ਇਸ ਦੇ ਲਈ ਇਸ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਅਡਾਨੀ ਗਰੁੱਪ ਨੇ ਅਗਲੀ 29.2% ਐਨਡੀ ਟੀਵੀ ਦੇ ਵਿੱਚ ਆਪਣੀ ਜਿਹੜੀ ਹਿੱਸੇਦਾਰੀ ਆ ਉਹ ਹਾਸਲ ਕਰ ਲਈ ਆ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਇਸੇ ਦੇ ਲਈ ਅਡਾਨੀ ਗਰੁੱਪ ਨੇ ਅਗਲੀ 29.2% ਹਿੱਸੇਦਾਰੀ ਗ੍ਰਹਿਣ ਕਰਨ ਦੇ ਲਈ ਓਪਨ ਆਫਰ ਵੀ ਜਾਰੀ ਕੀਤੇ ਆ ਹੁਣ ਅਸੀਂ ਗੱਲ ਕਰ ਰਹੇ ਆ ਐਨਡੀ ਐਨਡੀ ਟੀਵੀ ਦੀ ਜਾਨੀ ਕਿ ਨਿਊ ਦਲਨੀ ਟੈਲੀਵਿਜ਼ਨ ਲਿਮਟਿਡ ਇਸ ਦੀ ਸਥਾਪਨਾ ਕਦੋਂ ਹੋਈ ਸੀ 1988 ਦੇ ਵਿੱਚ ਇਸ ਦਾ ਹੈੱਡਕੁਆਰਟਰ ਕਿੱਥੇ ਆ ਨਵੀਂ ਦਿੱਲੀ ਦੇ ਵਿੱਚ ਤੇ ਇਸ ਦੀ ਸਥਾਪਨਾ ਕੀਤੀ ਕਿਸ ਨੇ ਸੀ ਰਾਧਿਕਾ ਰੋਏ ਅਤੇ ਪਰਨ ਪਰਨੈ ਪਰਨੈ ਰੋਏ ਨੇ ਮਿਲ ਕੇ ਕੀਤੀ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਐਚ ਪੀ ਸੀ ਐਲ ਨੇ ਗਾਂ ਦੇ ਗੋਹੇ ਤੋਂ ਸੰਤ ਸੰਕੂਚਿਤ ਆਪਣੀ ਪਹਿਲੀ ਬਾਇਓ ਗੈਸ ਪ੍ਰੋਜੈਕਟ ਕਿੱਥੇ ਸ਼ੁਰੂ ਕੀਤੀ ਆ ਹਾਂਜੀ ਐਚ ਪੀ ਸੀ ਐਲ ਨੇ ਗਾਂ ਦੇ ਗੋਬਰ ਤੋਂ ਸੰਕੂਚਿਤ ਆਪਣੀ ਪਹਿਲੀ ਬਾਇਓ ਗੈਸ ਪ੍ਰੋਜੈਕਟ ਸਨਚੋਰ ਦੇ ਵਿੱਚ ਸ਼ੁਰੂ ਕੀਤੀ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਠੀਕ ਹੈ ਹੁਣ ਐਚ ਪੀ ਸੀ ਐਲ ਜਾਨੀ ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਇਸ ਦੀ ਸਥਾਪਨਾ ਕਦੋਂ ਹੋਈ ਸੀ 1974 ਦੇ ਵਿੱਚ 1974 ਦੇ ਵਿੱਚ ਇਸ ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਸੀਈਓ ਕੌਣ ਨੇ ਪੁਸ਼ਪ ਕੁਮਾਰ ਯੋਸੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਬਿਕਰਮ ਦੋਰਾ ਇਸਵਾਈ ਇਸ ਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ ਹਾਂਜੀ ਰੀਸੈਂਟਲੀ ਵਿਕਰਮ ਦੋਰਾ ਈਸ਼ਵਾਈ ਇਹ ਰੀਸੈਂਟਲੀ ਯੂਕੇ ਦੇਸ਼ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਪਾਇੰਟ ਹੋਏ ਆ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਇਹ 1992 ਬੈਂਚ ਦੇ ਫੋਰਨ ਸਰਵਿਸ ਆਫੀਸਰ ਆ ਤੇ ਹੁਣ ਤੱਕ ਇਹ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਸੀ ਠੀਕ ਹੈ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਸੀ ਪਰ ਹੁਣ ਯੂਕੇ ਦੇ ਵਿੱਚ ਉਹ ਅਪਾਇੰਟ ਹੋ ਗਏ ਆ ਤਾਂ ਬੰਗਲਾਦੇਸ਼ ਦੇ ਕੌਣ ਬਣ ਗਏ ਆ ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਬਣੇ ਆ ਪਰਨੈ ਕੁਮਾਰ ਬਰਮਾ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਵਿਸ਼ਵ ਗੁਜਰਾਤੀ ਭਾਸ਼ਾ ਦਿਵਸ ਕਦੋਂ ਮਨਾਇਆ ਗਿਆ ਹੈ ਹਾਂਜੀ ਵਿਸ਼ਵ ਗੁਜਰਾਤੀ ਭਾਸ਼ਾ ਦਿਵਸ ਹਰੇਕ ਸਾਲ 24 ਅਗਸਤ ਨੂੰ ਮਨਾਇਆ ਜਾਂਦਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਗੁਜਰਾਤ ਦੇ ਮਹਾਲੇਖਕ ਵੀਰ ਨਰਮਦ ਸਿੰਘ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਗੁਜਰਾਤ ਦੇ ਮਹਾਲੇਖਕ ਵੀਰ ਨਰਮਦ ਨਰਮਦ ਦੀ ਜੈਨਤੀ ਹੁੰਦੀ ਹੈ 24 ਅਗਸਤ ਨੂੰ ਇਹ ਮੰਨਿਆ ਜਾਂਦਾ ਹੈ ਕਿ ਵੀਰ ਨਰਮਦ ਨੇ ਹੀ ਗੁਜਰਾਤੀ ਭਾਸ਼ਾ ਦਾ ਨਿਰਮਾਣ ਕੀਤਾ ਸੀ ਤੇ ਇਹਨਾਂ ਨੂੰ ਹੀ ਗੁਜਰਾਤੀ ਭਾਸ਼ਾ ਦੇ ਨਿਰਮਾਤਾ ਮੰਨਿਆ ਜਾਂਦਾ ਹੈ ਤੇ ਇਹਨਾਂ ਦੀ ਜੈਨਤੀ ਦੇ ਉੱਪਰ ਹੀ ਹਰੇਕ ਸਾਲ ਵਿਸ਼ਵ ਗੁਜਰਾਤੀ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ ਹੁਣ ਅਸੀਂ ਗੱਲ ਕੀਤੀ ਅਗਸਤ ਦੇ ਇੰਪੋਰਟੈਂਟ ਡੇ ਦੇ ਬਾਰੇ ਤਾਂ ਰੀਸੈਂਟਲੀ ਜਿੰਨੇ ਵੀ ਸੀਕੁਐਂਸ ਵਾਈਜ਼ ਮੇ ਇੰਪੋਰਟੈਂਟ ਡੇ ਅਗਸਤ ਦੇ ਵਿੱਚ ਮਨਾਏ ਗਏ ਆ ਜਿਵੇਂ 1 ਅਗਸਤ ਨੂੰ ਮੁਸਲਿਮ ਮਹਿਲਾ ਦਿਵਸ ਤੇ ਵਿਸ਼ਵ ਫੇਫੜੇ ਦੇ ਕੈਂਸਰ ਦਿਵਸ ਮਨਾਇਆ ਗਿਆ 2 ਅਗਸਤ ਨੂੰ ਪਿੰਗਲੀ ਵਨ ਕਈਆ ਦੀ 146 ਮੇਂ ਜਨਮ ਦਿਨ ਮਨਾਇਆ ਗਿਆ। 5 ਅਗਸਤ ਨੂੰ ਅੰਤਰਰਾਸ਼ਟਰੀ ਟ੍ਰੈਫਿਕ ਲਾਈਟ ਡੇ ਮਨਾਇਆ ਗਿਆ। 6 ਅਗਸਤ ਨੂੰ ਹੀਰੋ ਸੀਮਾ ਦਿਵਸ ਮਨਾਇਆ ਗਿਆ। 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਗਿਆ ਅਤੇ ਰਾਸ਼ਟਰੀ ਜੈਵਲਿਨ ਥ्रो ਦਿਵਸ ਮਨਾਇਆ ਗਿਆ। 8 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਮਨਾਇਆ ਗਿਆ। ਠੀਕ ਹੈ ਭਾਰਤ ਛੱਡੋ ਅੰਦੋਲਨ ਦਿਵਸ ਮਨਾਇਆ ਗਿਆ। 9 ਅਗਸਤ ਨੂੰ ਵਿਸ਼ਵ ਕਬਾਈਲੀ ਦਿਵਸ ਅਤੇ ਨਾਗਾਸਾਕੀ ਦਿਵਸ ਮਨਾਇਆ ਗਿਆ। 10 ਅਗਸਤ ਨੂੰ ਵਿਸ਼ਵ ਬਾਇਓਫਿਊਲ ਦਿਵਸ ਮਨਾਇਆ ਗਿਆ ਅਤੇ ਵਿਸ਼ਵ ਸੇਰ ਦਿਵਸ ਮਨਾਇਆ ਗਿਆ। 12 ਅਗਸਤ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਵਿਸ਼ਵ ਹਾਥੀ ਦਿਵਸ ਮਨਾਇਆ ਗਿਆ। ਵਿਸ਼ਵ ਸੰਸਕ੍ਰਿਤ ਦਿਵਸ ਮਨਾਇਆ ਗਿਆ। 13 ਅਗਸਤ ਨੂੰ ਵਿਸ਼ਵ ਅੰਗਦਾਨ ਦਿਵਸ ਮਨਾਇਆ ਗਿਆ। 14 ਅਗਸਤ ਨੂੰ ਵੰਡ ਦਾ ਡਰਾਉਣਾ ਯਾਦਗਾਰ ਦਿਵਸ ਮਨਾਇਆ ਗਿਆ। 16 ਅਗਸਤ ਨੂੰ ਵੈਨਿੰਗਟਨ ਬੈਟਲਡੇ ਮਨਾਇਆ ਗਿਆ। 17 ਅਗਸਤ ਨੂੰ ਪਾਰਸੀ ਨਵਾਂ ਸਾਲ ਇండోਨੇਸ਼ੀਆਈ ਸਤੰਤਰਤਾ ਦਿਵਸ ਮਨਾਇਆ ਗਿਆ 19 ਅਗਸਤ ਨੂੰ ਵਿਸ਼ਵ ਮਾਨਵਤਾਵਾਦੀ ਦਿਵਸ ਅਤੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ 20 ਅਗਸਤ ਨੂੰ ਵਿਸ਼ਵ ਮੱਛਰ ਮੱਛਰ ਦਿਵਸ ਮਨਾਇਆ ਗਿਆ 1 ਅਗਸਤ ਨੂੰ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਅਤਵਾਦ ਦੇ ਪੀੜਤਾਂ ਦੀ ਅੰਤਰਰਾਸ਼ਟਰੀ ਜਾਦ ਤੇ ਸਰੰਧਾ ਅਜ਼ਲੀ ਦਿਵਸ ਮਨਾਇਆ ਗਿਆ 3 ਅਗਸਤ ਨੂੰ ਗੁਲਾਮ ਵਪਾਰ ਅਤੇ ਉਸ ਦੇ ਖਾਤਮੇ ਦੀ ਯਾਦ ਦਿਵਾਨ ਦੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਸਕਾਲਰਸ਼ਿਪ ਐਫワイਏਐਮ ਲਈ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਸਮਝੌਤਾ ਕੀਤਾ ਹਾਂਜੀ ਰੀਸੈਂਟਲੀ ਸਕਾਲਰਸ਼ਿਪ ਦੇ ਲਈ ਬ੍ਰਿਟਿਸ਼ ਹਾਈ ਕਮਿਸ਼ਨਰ ਨਾਲ ਸਮਝੌਤਾ ਕੀਤਾ ਚਾਰਖੰਡ ਦੀ ਗਵਰਨਮੈਂਟ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚਾਰਖੰਡ ਚਾਰਖੰਡ ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਚਾਰਖੰਡ ਦੀ ਕੈਪੀਟਲ ਆ ਰਾਂਜੀ ਇੱਥੋਂ ਦੇ ਚੀਫ ਮਿਨਿਸਟਰ ਆ ਹਿਮੰਤ ਸੋਰੇਨ ਇੱਥੋਂ ਦੇ ਗਵਰਨਰ ਆ ਰਾਮੇਸ਼ ਬੈਂਸ ਚਾਰਖੰਡ ਦੇ ਵਿੱਚ ਪਾਰਸਨਾਥ ਵਾਈਲਡਲਾਈਫ ਸੈਂਚੁਰੀ ਆ ਹਾਜ਼ਿਰਬਾਗ ਵਾਈਲਡਲਾਈਫ ਸੈਂਚੁਰੀ ਆ ਡਲਮਾ ਵਾਈਲਡਲਾਈਫ ਸੈਂਚੁਰੀ ਆ ਕੋਡਰਮਾ ਵਾਈਟ ਰਾਈਫ ਸੈਂਚੁਰੀ ਆ ਪਲਾਮਾ ਵਾਈਲਡਲਾਈਫ ਸੈਂਚੁਰੀ ਆ ਪਲਕੋਟ ਵਾਈਲਡਲਾਈਫ ਸੈਂਚੁਰੀ ਆ ਚਾਰਖੰਡ ਦੇ ਵਿੱਚ ਬੈਤਲਾ ਨੈਸ਼ਨਲ ਪਾਰਕ ਆ ਠੀਕ ਹੈ ਜੀ ਤੇ ਚਾਰਖੰਡ ਦੇ ਵਿੱਚ ਹੀ ਜੂਨ ਮਹੀਨੇ ਲਈ ਰੂਬਨ ਮਿਸ਼ਨ ਡੈਲਟਾ ਰੈਂਕਿੰਗ ਦੇ ਵਿੱਚ ਚਾਰਖੰਡ ਟੌਪ ਤੇ ਰਿਹਾ ਚਾਰਖੰਡ ਨੂੰ ਤੰਬਾਕੂ ਕੰਟਰੋਲ ਕਰਨ ਦੇ ਲਈ ਡਬਲਯੂ ਡਬਲਯੂ ਐਚਓ ਪੁਰਸਕਾਰ ਮਿਲਿਆ ਵੈਰੀ ਇੰਪੋਰਟੈਂਟ ਚਾਰਖੰਡ ਦਾ ਜਾਮਤਾਰਾ ਜ਼ਿਲ੍ਹਾ ਹਰਪਿੰਡ ਵਿੱਚ ਲਾਇਬ੍ਰੇਰੀ ਰੱਖਣ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਚਾਰਖੰਡ ਵਿੱਚ ਗੁਰੂਜੀ ਵਿਦਿਆਰਥੀ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਕੀਤੀ ਗਈ ਰਾਜ ਵਿਧਾਨ ਸਭਾ ਨੇ ਪੀੜ ਹਿੰਸਾ ਤੇ ਲਿਚਿੰਗ ਨੂੰ ਰੋਕਣ ਦੇ ਲਈ ਇੱਕ ਬਿੱਲ ਪਾਸ ਕੀਤਾ ਮੱਖ ਮੰਤਰੀ ਨੇ ਨੌਜਵਾਨ ਖੇਡ ਪ੍ਰਤੀਵਾਮਾਂ ਨੂੰ ਬਾਰਨ ਦੇ ਲਈ ਉਦੇਸ਼ ਨਾਲ ਸਹਾਇਤਾ ਯੋਜਨਾ ਦੀ ਸ਼ੁਰੂਆਤ ਕੀਤੀ ਸਰਹੂਲ ਅਤੇ ਰੋहिणी ਤਿਹਾਰ ਚਾਰਖੰਡ ਦੇ ਵਿੱਚ ਮਨਾਏ ਜਾਂਦੇ ਆ ਨਿਲੰਬਰ ਪਿੱਤੰਬਰ ਜਲ ਸਮ੍ਰiddhi ਯੋਜਨਾ ਚਾਰਖੰਡ ਦੇ ਵਿੱਚ ਸ਼ੁਰੂ ਹੋਈ ਚਾਰਖੰਡ ਦੇ ਚੀਫ ਜਸਟਿਸ ਬਣਿਆ ਰਵੀ ਰੰਜਨ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਨੇ ਗੈਰ ਗੈਰ ਕਾਨੂੰਨੀ ਸ਼ਰਾਬ ਨਸ਼ੀਲੇ ਪਦਾਰਥਾਂ ਦੇ ਵਪਾਰ ਲਈ ਐਂਟੀ ਨਾਰਕੋਟਿਕਸ ਫੋਰਸ ਦਾ ਗਠਨ ਕੀਤਾ ਹਾਂਜੀ ਰੀਸੈਂਟਲੀ ਕਿਹੜੀ ਰਾਜ ਸਰਕਾਰ ਨੇ ਗੈਰ ਕਾਨੂੰਨੀ ਸ਼ਰਾਬ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਰੋਕਣ ਦੇ ਲਈ ਐਂਟੀ ਨਾਰਕੋਟਿਕਸ ਫੋਰਸ ਦਾ ਗਠਨ ਕੀਤਾ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੁਣ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਹੈ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਗੋਮਤੀ ਨਦੀ ਦੇ ਕਿਨਾਰੇ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਯੋਗੀ ਅਦਿੱਤਿਆਨਾਥ ਇੱਥੋਂ ਦੇ ਗਵਰਨਰ ਕੌਣ ਨੇ ਅਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਆ ਇਹ ਚੀਤਿਆਂ ਲਈ ਫੇਮਸ ਆ ਕਤਰਨਿਆ ਘਟ ਵਾਈਲਡ ਲਾਈਫ ਸੈਂਚਰੀ ਆ ਪੀਲੀਬੀ ਟਾਈਗਰ ਰਿਜ਼ਰਵ ਆ ਭਾਰਤ ਦਾ ਸਭ ਤੋਂ ਵੱਡਾ ਬਸੋਂ ਵਾਲਾ ਰਾਜ ਆ ਸਭ ਤੋਂ ਵੱਧ ਬਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਖੰਡ ਦੇ ਸਭ ਤੋਂ ਵੱਧ ਕਾਰਖਾਨੇ ਆ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਪੰਚਾਇਤ ਯੋਜਨਾ ਸ਼ੁਰੂ ਕੀਤੀ ਵਾਰਾਨਸੀ ਦੇ ਵਿੱਚ 올 ਇੰਡੀਆ ਐਜੂਕੇਸ਼ਨ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ 에어ਪੋਰਟ ਅਥਾਰਟੀ ਆਫ ਇੰਡੀਆ ਨੇ ਉੱਤਰ ਪ੍ਰਦੇਸ਼ ਸਰਕਾਰ ਨਾਲ ਸਮਝੌਤਾ ਕੀਤਾ ਉੱਤਰ ਪ੍ਰਦੇਸ਼ ਸਰਕਾਰ ਨੇ ਹਰ ਪਰਿਵਾਰ ਲਈ ਫੈਮਲੀ ਕਾਰਡ ਜਾਰੀ ਕਰਨ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਦੇਸ਼ ਦੇ ਰਾਸ਼ਟਰਪਤੀ ਨੂੰ 2022 ਲਿਵਰਟੀ ਮੈਡਲ ਦਿੱਤਾ ਗਿਆ ਹਾਂਜੀ 2022 ਦਾ ਲਿਵਰਟੀ ਮੈਡਲ ਕਿਸ ਦੇਸ਼ ਦੇ ਰਾਸ਼ਟਰਪਤੀ ਨੂੰ ਦਿੱਤਾ ਗਿਆ ਯੂਕਰੇਨ ਦੇ ਰਾਸ਼ਟਰਪਤੀ ਨੂੰ অপশন নাম্বার বি ইজ দা রাইট आंसर ইউক্রেন ਦੇ ਰਾਸ਼ਟਰਪਤੀ ਆ ਬਲੋਡੀਮੀਰ ਜੇਲੇਨਸਕੀ ਤੇ ਇਹਨਾਂ ਨੂੰ ਹੀ ਲਿਵਰਟੀ ਮੈਡਲ ਦਿੱਤਾ ਗਿਆ ਅਸਲ ਦੇ ਵਿੱਚ ਜੋ ਰੂਸ ਯੂਕਰੇਨ ਯੁੱਧ ਹੋਇਆ ਸੀ ਉਸ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਨੇ ਜੋ ਆਪਣੇ ਲਈ ਦੇਸ਼ ਦੀ ਨੁਮਾਇੰਦਗੀ ਕੀਤੀ ਆ ਉਸ ਦੇ ਲਈ ਇਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੁਣ ਅਸੀਂ ਗੱਲ ਕੀਤੀ ਆ ਯੂਕਰੇਨ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂਕਰੇਨ ਯੂਕਰੇਨ ਦੀ ਕੈਪੀਟਲ ਕੀ ਆ ਕੀਵ ਇੱਥੋਂ ਦੀ ਕਰੰਸੀ ਆ ਯੂਕਰੇਨੀ ਹਰਵੇਨੀਆ ਇੱਥੋਂ ਦੇ ਪ੍ਰੈਜ਼ੀਡੈਂਟ ਬਲੋਡੀਮੀਰ ਜ਼ੇਲੇਨਸਕੀ ਤੇ ਕ੍ਰਿਪਟੋਕਰੰਸੀ ਰੱਖਣ ਦੇ ਮਾਮਲੇ ਵਿੱਚ ਯੂਕਰੇਨ ਟਾਕ ਤੇ ਆ ਅਸੰਤੁਸ਼ਟ ਮਨੁੱਖੀ ਅਧਿਕਾਰ ਅਵਾਰਡ 2022 ਯੂਕਰੇਨ ਦੇ ਨਾਗਰਿਕਾਂ ਦੁਆਰਾ ਜਿੱਤਿਆ ਗਿਆ ਯੂਕਰੇਨ ਦੇ ਰਾਸ਼ਟਰਪਤੀ ਨੇ ਯੋਨ ਐਫ ਕੈਨੇਡੀ ਪੁਰਸਕਾਰ ਪ੍ਰਾਪਤ ਕੀਤਾ ਯੂਕਰੇਨ ਦੀ ਗਣਿਤ ਵਿਗਿਆਨੀ ਮਰੀਨਾ ਵਿਵਾਯੋਵਸਕਾ ਨੇ ਵਕਾਰੀ ਫੀਲਡ ਮੈਡਲ 2022 ਜਿੱਤਿਆ ਨੈਕਸਟ ਪੋਜੀਸ਼ਨ ਹਾਲ ਹੀਆ ਹਾਂਜੀ ਹਾਲ ਹੀ ਵਿੱਚ U20 ਜਾਨਕੀ ਅੰਡਰ 20 ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2022 ਵਿੱਚ ਕਿਸ ਨੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ ਹਾਂਜੀ ਰੀਸੈਂਟਲੀ ਅੰਡਰ 20 ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2022 ਦੇ ਵਿੱਚ ਜਾਪਾਨ ਟੌਪ ਤੇ ਰਿਹਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਜਾਪਾਨ ਨੇ ਇਸ ਦੇ ਵਿੱਚ ਟੋਟਲ 15 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 9 골ਡ ਦੇ ਆ 1 ਸਿਲਵਰ ਦਾ 5 ਬ੍ਰਾਉਂਜ਼ ਦੇ ਆ ਤੇ ਇੰਡੀਆ ਇਸ ਲਿਸਟ ਦੇ ਵਿੱਚ 5ਵੇਂ ਨੰਬਰ ਤੇ ਆ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ